ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਪੈਰਾਮਿਲਟਰੀ ਫੋਰਸ ਦੇ ਨਾਲ ਲਗਾਤਾਰ ਫਲੈਗ ਮਾਰਚ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਜਿਹੜਾ ਫਲੈਗ ਮਾਰਚ ਕਰਦੀ ਪਈ ਹੈ। ਸੋ ਅੰਮ੍ਰਿਤਸਰ ਦੇ ਆਲਾ ਅਧਿਕਾਰੀ ਅੱਜ ਪੈਰਾਮਿਲਟਰੀ ਦੇ ਨਾਲ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਜ਼ਰੂਰ ਨਜ਼ਰ ਆ ਰਹੇ ਆ, ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਦੇ ਵੀ ਨਜ਼ਰ ਆ ਰਹੇ ਆ ਕਿ ਅਗਰ ਕੋਈ ਸ਼ੱਕੀ ਚੀਜ਼ ਮਿਲੇ ਤਾਂ ਜ਼ਰੂਰ ਪੁਲਿਸ ਨੂੰ ਇਤਲਾਹ ਕਰੋ। ਸੋ ਭਾਰੀ ਪੁਲਿਸ ਬਲ ਦੇ ਨਾਲ SP ਵਰਿੰਦਰ ਸਿੰਘ ਖੋਸਾ ਡੋਗ ਸਕੁਐਡ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕਰਦੇ ਜ਼ਰੂਰ ਨਜ਼ਰ ਆ ਰਿਹਾ। ਸੋ SP ਵਰਿੰਦਰ ਖੋਸੇ ਨਾਲ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਉਹ ਤਸਵੀਰਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਅਗਰ ਕੋਈ ਸ਼ੱਕੀ ਸਮਾਨ ਦਿਖੇ ਤਾਂ ਜ਼ਰੂਰ ਪੁਲਿਸ ਨੂੰ ਇਤਲਾਹ ਕੀਤੀ ਜਾਏ। ਸੋ ਪੰਜਾਬ ਭਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਅਤੇ 4 ਜੂਨ ਨੂੰ ਜਿਹੜਾ ਕਾਊਂਟਿੰਗ ਹੋਏਗੀ। ਸੋ ਗੱਲ ਕਰਾਂਗੇ, ਸੋ ਤਸਵੀਰਾਂ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਪੁਲਿਸ ਦੇ ਜਵਾਨ ਅਤੇ ਨਾਲ ਹੀ ਤੁਸੀਂ ਤੁਹਾਨੂੰ ਪੈਰਾਮਿਲਟਰੀ ਦੇ ਜਵਾਨ ਐਂਟੀ ਰੋਇਟ ਪੁਲਿਸ ਵੀ ਇਸ ਦੇ ਨਾਲ ਤੁਹਾਨੂੰ ਨਜ਼ਰ ਆਏਗੀ, ਕਿਉਂਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਚ ਹਰ ਰੋਜ਼ ਜਿਹੜੇ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਜਿਹੜਾ ਆਪਣੇ ਜਿਹੜੀ ਜਗ੍ਹਾ 'ਤੇ ਪੁੱਜਦੇ ਆ, ਸੋ ਉਹਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਯਾਤਰੀਆਂ ਦੇ ਸਮਾਨ ਦੀ ਜਿਹੜੀ ਚੈਕਿੰਗ ਜ਼ਰੂਰ ਕੀਤੀ ਜਾ ਰਹੀ ਹੈ। ਸੋ ACP ਜਿਹੜੇ ਕਿ ਵਰਿੰਦਰ ਸਿੰਘ ਖੋਸਾ, ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਡੋਗ ਸਕੁਐਡ ਦੇ ਨਾਲ ਚੈਕਿੰਗ ਕਰਦੇ ਜ਼ਰੂਰ ਜਿਹੜੇ ਨਜ਼ਰ ਆ ਰਹੇ ਆ। ਸੋ ਤਸਵੀਰਾਂ ਤੁਸੀਂ ਜਿਹੜੇ CRPF ਦੇ ਜਵਾਨ ਤੁਹਾਨੂੰ ਨਜ਼ਰ ਆਊਗੇ, ਨਾਲ ਹੀ ਐਂਟੀ ਰੋਇਟ ਪੁਲਿਸ ਅਤੇ ਪੰਜਾਬ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਖੁਦ ਮੌਕੇ 'ਤੇ ਪੁੱਜੇ ਆ। ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਰੇਲਵੇ ਸਟੇਸ਼ਨ 'ਤੇ, ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ, ਡੋਗ ਸਕੁਐਡ ਦੀ ਵੀ ਮਦਦ ਜਿਹੜੀ ਜ਼ਰੂਰ ਲਿੱਤੀ ਜਾ ਰਹੀ ਹੈ। ਸੋ ਵਰਿੰਦਰ ਸਿੰਘ ਖੋਸੇ ਨਾਲ ਜ਼ਰੂਰ ਅਸੀਂ ਗੱਲ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਕੋਲ ਕਿ ਆਖਿਰ ਲੋਕਾਂ ਨੂੰ ਕੀ ਅਪੀਲ ਕੀਤੀ ਜਾ ਰਹੀ ਹੈ। ਵਰਿੰਦਰ ਸਿੰਘ ਖੋਸਾ ਸਾਡੇ ਨਾਲ ਮੌਜੂਦ ਹੈ, ਗੱਲ ਕਰਾਂਗੇ। ਖੋਸਾ ਸਾਹਿਬ, ਲਗਾਤਾਰ ਡੋਗ ਸਕੁਐਡ ਦੀ ਮਦਦ ਲਿੱਤੀ ਜਾ ਰਹੀ ਹੈ, ਚੈਕਿੰਗ ਅਭਿਆਨ ਚਲਾਇਆ ਜਾ ਰਿਹਾ, ਸੋ ਲੋਕਾਂ ਨੂੰ ਕੀ ਅਪੀਲ ਕੀਤੀ ਜਾ ਰਹੀ ਹੈ? ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਡਰ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ, ਲੋਕਾਂ ਨੂੰ ਕੀ ਅਪੀਲ ਕੀਤੀ ਜਾ ਰਹੀ ਹੈ? ਲੋਕਾਂ ਨੂੰ ਇਹੀ ਅਪੀਲ ਆ ਜੀ ਕਿ ਚੋਣਾਂ ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੈਰਾਮਿਲਟਰੀ ਫੋਰਸਿਸ, ਪੰਜਾਬ ਪੁਲਿਸ ਦੀ ਫੋਰਸਿਸ ਪੂਰੀ ਤਰ੍ਹਾਂ ਤੈਨਾਤ ਨੇ, ਪੂਰੀ ਤਰ੍ਹਾਂ ਅਲਰਟ ਨੇ। ਅਗਰ ਚੋਣ ਜ਼ਾਬਤੇ ਤਹਿਤ ਤੁਹਾਨੂੰ ਕੋਈ ਵੀ ਵਾਇਲੇਸ਼ਨ ਨਜ਼ਰ ਆਉਂਦੀ ਆ ਜਾਂ ਕੋਈ ਇਲੀਗਲੈਕਟ ਕਿਸੇ ਦਾ ਵੀ ਨਜ਼ਰ ਆਉਂਦਾ ਵਾ, ਤਾਂ ਤੁਰੰਤ ਪੁਲਿਸ ਦੇ ਧਿਆਨ ਵਿੱਚ ਲੈ ਕੇ ਆਓ। ਅਗਰ ਤੁਹਾਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਹੀਕਲ ਜਾਂ ਸ਼ੱਕੀ ਪੁਰਸ਼ ਤੁਹਾਨੂੰ ਕਿਤੇ ਵੀ ਨਜ਼ਰ ਆਉਂਦਾ ਵਾ, ਉਹਦਾ ਵੀ ਪੁਲਿਸ ਦੇ ਵਿੱਚ ਤੁਰੰਤ ਧਿਆਨ ਦੇ ਵਿੱਚ ਲੈ ਕੇ ਆਓ। ਜਿਵੇਂ ਕਿ ਸਾਡੇ ਵੱਲੋਂ ਹਰ ਰੋਜ਼ ਨਾਕਾਬੰਦੀ ਕੀਤੀ ਜਾਂਦੀ ਹੈ, ਸ਼ਹਿਰ ਦੇ ਵਿੱਚ ਫੋਰਸ ਦੀ ਕਾਫੀ ਵਿਜ਼ੀਬਿਲਟੀ ਵਧਾਈ ਗਈ ਹੈ ਤਾਂ ਕਿ ਜੋ ਚੰਗੇ ਲੋਕ ਆ ਉਹਨਾਂ ਨੂੰ ਕੌਨਫੀਡੈਂਸ ਮਿਲੇ, ਉਹ ਆਪਣੇ ਜੋ ਰਾਈਟ ਟੂ ਵੋਟ ਉਹਦਾ ਪ੍ਰਯੋਗ ਸਹੀ ਸਲਾਮਤ ਕਰ ਸਕਣ, ਅਤੇ ਜੋ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਦੇ ਮਨ 'ਚ ਡਰ ਬਣੇ, ਉਹ ਕੋਈ ਵੀ ਇਹੋ ਜਿਹੀ ਐਕਟੀਵਿਟੀ ਨਾ ਕਰਨ ਜਿਹਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਬਣੇ। ਹਥਿਆਰ ਲੋਕਾਂ ਕੋਲ ਹਾਲੇ ਵੀ ਹੈਗੇ ਆ, ਵੈਪਨ ਕੀ ਵਾਪਸ ਕਰਨ ਦੀ ਜਾਂ ਜਮ੍ਹਾਂ ਕਰਾਉਣ ਦੀ ਪ੍ਰੋਸੈਸ ਕੀਤਾ ਗਿਆ? ਬਿਲਕੁਲ ਜੀ, ਅੰਮ੍ਰਿਤਸਰ ਕਮਿਸ਼ਨ ਦੇ ਵਿੱਚ ਹੁਣ ਤੱਕ 50% ਤੋਂ ਵੱਧ ਜੋ ਲੀਗਲ ਵੈਪਨ ਨੇ ਉਹ ਜਮ੍ਹਾਂ ਹੋ ਚੁੱਕੇ ਨੇ, ਬਾਕੀ ਅਜੇ ਪ੍ਰੋਸੈਸ ਉਹ ਚੱਲ ਰਿਹਾ ਵਾ ਜਮ੍ਹਾਂ ਕਰਾਉਣ ਦਾ। ਅਤੇ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰੂੰਗਾ ਕਿ ਜਿਨ੍ਹਾਂ ਕੋਲ ਲਾਇਸੈਂਸੀ ਵੈਪਨ ਨੇ ਉਹ ਕਾਇਮ ਲਈ ਜਲਦ ਤੋਂ ਜਲਦ ਡੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਇਹਨਾਂ ਵੈਪਨਾਂ ਨੂੰ ਆਪਣੇ ਕੰਸਰਨ ਥਾਣੇ ਦੇ ਵਿੱਚ ਜਾਂ ਕਿਸੇ ਗਨ ਹਾਊਸ ਦੇ ਵਿੱਚ ਜਮ੍ਹਾਂ ਕਰਵਾ ਦੇਣ। ਇਲੈਕਸ਼ਨ ਕਮਿਸ਼ਨ ਦੁਆਰਾ ਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਹੜੀਆਂ ਹਾਲੇ ਲੋਕਾਂ ਨੂੰ ਨਹੀਂ ਪਤਾ?
ਇਲੈਕਸ਼ਨ ਕਮਿਸ਼ਨ ਵੱਲੋਂ ਜੋ ਜੀ ਇੱਕ ਤੁਸੀਂ ਲਿਕਰ ਦੀ ਵੋਟਰਸ ਨੂੰ ਪ੍ਰਭਾਵਿਤ ਕਰਨ ਵਾਸਤੇ ਲਿਕਰ ਜਾਂ ਨਸ਼ੇ ਦਾ ਪ੍ਰਯੋਗ ਨਹੀਂ ਕਰ ਸਕਦੇ, ਬਾਕੀ ਜੇ ਲਿਕਰ ਕੋਈ ਤੁਸੀਂ ਟਰਾਂਸਪੋਰਟ ਕਰਨੀ ਹੈ ਤੁਹਾਡੇ ਕੋਲ ਉਹਦਾ ਬਣਦਾ ਪਰਮਿਟ ਜਾਂ ਟਰਾਂਸਪੋਰਟ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਵਾ। ਇਸ ਤੋਂ ਇਲਾਵਾ ਕੈਸ਼ 50,000 ਤੋਂ ਵੱਧ ਕੈਰੀ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਦਾਇਤਾਂ ਹੁੰਦੀਆਂ ਵਾ ਉਹ ਮਾਨਯੋਗ CP ਸਾਹਿਬ ਵੱਲੋਂ ਵੀ ਡੀ ਸਾਹਿਬ ਵੱਲੋਂ ਮੌਕੇ ਦੇ ਲੋਕਾਂ ਨੂੰ ਦੱਸੀਆਂ ਜਾਂਦੀਆਂ ਨੇ, ਉਹਨਾਂ ਸਾਰੀਆਂ ਦਾ ਪਾਲਣਾ ਕਰਨਾ ਬੜਾ ਜ਼ਰੂਰੀ। ਅੰਮ੍ਰਿਤਸਰ ਵਿੱਚ ਕਿੰਨੀਆਂ ਕੰਪਨੀਆਂ ਤੈਨਾਤ ਕੀਤੀਆਂ ਗਈਆਂ, ਕੀ ਹੋਰ ਕੰਪਨੀਆਂ ਆਉਂਗੀਆਂ ਅਤੇ ਕਿੰਨੀਆਂ ਕੰਪਨੀਆਂ ਪਹੁੰਚ ਚੁੱਕੀਆਂ? ਜੋ ਜੀ ਪਹਿਲੀ ਸਟੇਜ ਆਏ ਹੁਣ ਤੱਕ ਇੱਕ ਕੰਪਨੀ CRPF ਦੀ ਇੱਥੇ ਤੈਨਾਤ ਕੀਤੀ ਗਈ ਹੈ, ਜਿਸ ਦੇ ਤਹਿਤ ਹਰ ਰੋਜ਼ ਹਾਫ ਸੈਕਸ਼ਨ ਆਫ CRPF ਅਤੇ ਨਾਲ ਸਾਡੀ ਪੰਜਾਬ ਪੁਲਿਸ ਦੀ ਫੋਰਸਿਸ ਵੱਲੋਂ ਨਾਕਾਬੰਦੀ ਵੀ ਕੀਤੀ ਜਾਂਦੀ ਹੈ। ਅੱਜ ਅਸੀਂ ਇੱਥੇ ਰੇਲਵੇ ਸਟੇਸ਼ਨ 'ਤੇ ਸਾਡੇ ਨਾਲ ਪੈਰਾਮਿਲਟਰੀ ਫੋਰਸਿਸ, GRP, RPF, ARP ਟੀਮ ਅਤੇ ਨਾਲ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਕੰਸਰਨ ਥਾਣੇ ਦੀ ਟੀਮ, ਅੱਜ ਅਸੀਂ ਸਾਰੇ 5 ਟੀਮਾਂ ਇਕੱਠੀਆਂ ਹੋ ਕੇ ਇੱਥੇ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਇੰਸਟਿਲ ਕਰ ਸਕੀਏ ਅਤੇ ਕੋਈ ਵੀ ਸ਼ੱਕੀ ਵਸਤੂ, ਬੈਗ, ਕੋਈ ਲਵਾਰਸ ਵਹੀਕਲ, ਕਿਸੇ ਵੀ ਤਰੀਕੇ ਨਾਲ ਕੋਈ ਐਕਸਪਲੋਜ਼ਿਵ ਸਬਸਟੈਂਸ ਨਾ ਹੋਵੇ। ਅਤੇ ਇਸ ਵਿੱਚ ਸਨੀਫਰ ਡੋਗਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਨਾਲ ਸਾਡੇ ਕੋਲ ਹੈਂਡ ਹੈਲਡ ਮੈਟਲ ਡਿਟੈਕਟਰਸ, ਬਾਕੀ ਰੇਲਵੇ ਸਟੇਸ਼ਨ ਦੇ DFMD ਐਂਡ ਕੈਮਰਾਜ਼ ਲੱਗੇ ਹੋਏ ਨੇ। ਸੋ 24 ਘੰਟੇ ਇੱਥੇ ਵਿਜਲ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਇਨਸਾਨ ਜਾਂ ਬੰਦਾ ਇੱਥੇ ਕਿਸੇ ਵੀ ਤਰੀਕੇ ਨਾਲ ਸੈਬੋਟੇਜ ਨਾ ਕਰ ਸਕੇ। ਸੋ ਬਿਲਕੁਲ, ਜਿਹੜੇ ਵਰਿੰਦਰ ਸਿੰਘ ਖੋਸਾ ਦੁਆਰਾ ਸਾਫ਼ ਤੌਰ 'ਤੇ ਕਿਹਾ ਗਿਆ ਕਿ ਕਈ ਕੰਪਨੀਆਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਤੈਨਾਤ ਕੀਤੀਆਂ ਗਈਆਂ, ਹਾਲੇ ਹੋਰ ਵੀ ਜਿਹੜੀ ਕੰਪਨੀਆਂ ਅੰਮ੍ਰਿਤਸਰ ਦੇ ਵਿੱਚ ਤੈਨਾਤ ਕੀਤੀਆਂ ਜਾਣਗੀਆਂ। ਸੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ CRPF, ARP ਦੇ ਨਾਲ ਨਾਲ ਹੋਰ ਵੀ ਕੰਪਨੀਆਂ ਦੇ ਨਾਲ ਪੰਜਾਬ ਪੁਲਿਸ ਮਿਲ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਖਤਮ ਹੋਏ ਅਤੇ ਉਹ ਆਪਣੇ ਵੋਟ ਦਾ 1 ਜੂਨ ਨੂੰ ਇਸਤੇਮਾਲ ਕਰ ਸਕੇ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।